पंजाब फील्ड एंड वर्कर्स यूनियन की तरफ से आज एक राज्य स्तरीय मीटिंग का आयोजन किया गया जिसमें उन्होंने अपनी मांगों को लेकर विचार विमर्श किया मीटिंग के उपरांत पत्रकारों से बातचीत करते हुए उन्होंने बताया कि उनकी मुख्य मांगें कच्चे मुलाजमो को पक्का करना और उन्हें सरकारी सुविधाएं दिलाना है इस मौके उनका और क्या कुछ कहना रहा आइए आप ही सुनिए ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰ ਯੂਨিয়ন ਹੈਡ ਆਫ ਡੇਰਾਵਸੀ ਸਾਡੀ ਅੱਜ ਸੂਬੇ ਦੀ ਮੀਟਿੰਗ ਚੱਲ ਰਹੀ ਹੈ ਔਰ ਇੱਥੇ ਜਿਹੜੀਆਂ ਸਾਡੀਆਂ ਕੁਝ ਮੰਗਾਂ ਨੇ ਉਹਨਾਂ ਮੰਗਾਂ ਦੇ ਸੰਬੰਧ ਦੇ ਵਿੱਚ ਅਸੀਂ ਫੈਸਲੇ ਲਏ ਆ ਜਿਵੇਂ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਜਿਹੜੇ ਪੱਕੇ ਕਰਨ ਕਿਤੇ ਜਾਣੇ ਚਾਹੀਦੇ ਆ ਔਰ ਡੀਏ ਜਿਹੜਾ ਮੁਲਾਜ਼ਮਾਂ ਦਾ ਉਹ ਬਕਾਇਆ ਆ ਡੀਏ ਰਿਲੀਜ਼ ਕੀਤਾ ਜਾਣਾ ਚਾਹੀਦਾ ਆ ਔਰ ਇਹਦੇ ਨਾਲ ਦੀ ਨਾਲ ਪੇ ਕਮਿਸ਼ਨ ਜਿਹੜਾ 6ਵੇਂ ਪੇ ਕਮਿਸ਼ਨ ਆ ਮੁਲਾਜ਼ਮਾਂ ਦਾ ਉਹ ਲਾਗੂ ਹੋ ਜਾਣਾ ਚਾਹੀਦਾ ਆ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਸੇਮ ਵਰਕ ਸੇਮ ਪੇ ਲਾਗੂ ਕੀਤਾ ਜਾਣਾ ਚਾਹੀਦਾ ਆ ਔਰ ਜਿਹੜੇ ਲੁਧਿਆਣੇ ਦੇ ਵਿੱਚ ਸੀਵਰੇਜ ਬੋਰਡ ਡਿਵੀਜ਼ਨ ਦੇ ਵਿੱਚ ਜਿਹੜਾ ਆ ਸਟੋਰ ਚੌਕੀਦਾਰਾਂ ਨੂੰ ਇਸ ਡਿਵੀਜ਼ਨ ਨੇ ਤਨਖਾਹ ਜਿਹੜੀ ਆ ਉਹ ਬੰਦ ਕਰ ਦਿੱਤੀ ਹੈ ਔਰ ਤਨਖਾਹ ਅੱਜ ਤਰੀਕ ਜਿਹੜੀ ਆ 22 ਤਰੀਕ ਹੋ ਗਈ ਹੈ ਹੁਣ ਤੱਕ ਜਿਹੜੀ ਉਹਨਾਂ ਨੇ ਤਨਖਾਹ ਨਹੀਂ ਦੇਈ ਐਕਸ਼ਨ ਜੀਪੀ ਸਿੰਘ ਨੂੰ ਵੀ ਗੱਲ ਕੀਤੀ ਹੈ ਬਈ ਇਹ ਤੁਸੀਂ ਤਨਖਾਹ ਨਹੀਂ ਰਿਲੀਜ਼ ਕਰ ਰਹੇ ਜੇ ਉਹਨਾਂ ਨੇ ਤਨਖਾਹਾਂ ਨਾ ਰਿਲੀਜ਼ ਕੀਤੀ ਆਉਣ ਵਾਲੇ ਸਮੇਂ ਤਕੜਾ ਸੰਘਰਸ਼ ਕੀਤਾ ਜਾਵੇਗਾ ਅੱਜ ਪੰਜਾਬ ਫੀਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੀ ਪਰ ਇੱਥੇ ਸਾਨੂੰ ਪਤਾ ਲੱਗਾ ਕਿ ਜਿਹੜਾ ਸੀਵਰੇਜ ਬੋਰਡ ਦਾ ਐਕਸ਼ਨ ਹੈ ਉਹਦੀਆਂ ਬੜੀਆਂ ਗਲਤ ਨੀਤੀਆਂ ਜਿਹੜਾ ਉਹ ਕੋਟੀ ਦਾ ਸਟਾਫ ਆ ਉਹਨੂੰ ਉਹ ਤਨਖਾਹਾਂ ਪਹਿਲਾਂ ਦੇ ਚੁੱਕਾ ਹੈ ਪਰ ਜਿਹੜੇ ਚੌਂਕੀਦਾਰ ਅੱਜ 22 ਤਰੀਕ ਹੋਗੀ ਉਹਨੇ ਹਾਲ ਤੱਕ ਜਿਹੜੀ ਆ ਤਨਖਾਹ ਨਹੀਂ ਦਿੱਤੀ ਅਸੀਂ ਰੋਸ ਵਜੋਂ ਉੱਥੇ ਗੇ ਟ੍ਰੈਲੀ ਵੀ ਕੀਤੀ ਆ ਔਰ ਜੇਕਰ ਆਉਂਦੇ ਸੋਮਵਾਰ ਤੱਕ ਉਹਨੇ ਤਨਖਾਹਾਂ ਨਾ ਦਿੱਤੀ ਤਾਂ ਵੱਡਾ ਐਕਸ਼ਨ ਉਹਦੇ ਵਰਕਫਾਰਫ ਲਿਖਿਆ ਜਾਵੇਗਾ ਲੁਧਿਆਣਾ ਸਿ ਵਿਕਾਸ ਭਾਂਬਰੀ ਦੀ ਰਿਪੋਰਟ ਸਿਟੀਹਮ ਨਿਊਜ਼